खड़के ग्लास से शुरुआत की थी कैंट जी, शुरुआत हो जाए खड़के ग्लास से। खड़के ग्लास से तो बड़े यारी सुने लोगों ने, कुछ नवा सुनाने हैं, नवा गाना सा असी बलाओ सुनांगे खड़के ए गया दे नित खड़के खड़के गलासी तेरे ना दे नी मुंडियां च नित खड़के खड़के गलासी तेरे ना दे। एक्सपेरिमेंटल म्यूजिक हर दौर च हुंदा रहा, और अगर पंजाबी म्यूजिक दी कुछ अगे तरक्की हो रही है तो उहदे च एक्सपेरिमेंटल म्यूजिक अगर योगदान दे रहा तां इट्स शुभ लक्षण है, इहदी वधिया गल है, एक्सपेरिमेंट म्यूजिक होना चाहिए। ਜਿੱਦਾਂ ਰੈਪ ਹੋ ਰਿਹਾ ਹੈ, ਗਾਣੇ ਰੀਕ੍ਰੀਏਟ ਕੀਤੇ ਜਾ ਰਹੇ, ਲੱਗਦਾ ਜਿਹੜੇ ਓਲਡ ਸੌਂਗਸ ਨੇ, ਜਿਹੜੀ ਗੱਲਬਾਤ ਉਹਨਾਂ 'ਚ ਕੋਈ ਕਹਿੰਦੇ ਨੇ ਓਲਡ ਇਜ਼ ਗੋਲਡ। ਅਤੇ ਜੇਕਰ ਗੱਲ ਕਰੀਏ ਸ਼ੌਕ ਮਸਤੀ ਨੂੰ, ਕਿੱਦਾਂ ਦਾ ਸੰਗੀਤ ਪਸੰਦ ਹੈ ਰੀਅਲ ਲਾਈਫ ਵਿੱਚ? ਮੈਂ ਕਲਾਸੀਕਲ ਸੁਣਨਾ ਪਸੰਦ ਕਰਦਾ, ਜਗਜੀਤ ਭਾਈ ਨੂੰ ਸੁਣਨਾ ਪਸੰਦ ਕਰਦਾ, ਗੁਲਾਮ ਅਲੀ ਸਾਹਿਬ ਨੂੰ, ਜਿਹੜੇ ਅੱਛੇ ਲੋਕ, ਹਰੀਹਰਨ ਸਾਹਿਬ ਨੂੰ, ਇਹ ਸਾਰੇ ਫਨਕਾਰ ਮੇਰੇ ਫੇਵਰੇਟ ਨੇ, ਮੈਂ ਇਹਨਾਂ ਨੂੰ ਸੁਣਦਾ। ਤੁਸੀਂ ਦੇਖ ਰਹੇ ਸਕਾਈ ਨਿਊਜ਼ ਪੰਜਾਬ ਅਤੇ ਮੈਂ ਹਾਂ ਬਨੂ ਸ਼ਰਮਾ। खड़के गलासी फेम सॉन्ग सिंगर मेरे नाल मौजूद है अशोक मस्ती जी, खास गलबात करांगे, बहुत बहुत स्वागत है। शुक्रिया शुक्रिया बीनू, की हाल ठीक हो? मैं वधिया, तुसी किदां? फैंटास्टिक। काफी टाइम बाद आयो मेरे हाथ में। हाँ बस काफी वक्फा काफी हो गया, और सब ठीक ठाक है जी। चलो खड़के गलासी नूं शुरुआत की थी कैंट जी, शुरुआत हो जाए खड़के गलासी तों। खड़के गलासी तो बड़े यारी सुने लोगों ने, कुछ नवा सुनाने, नवा गाना सा असी बलाओ सुनांगे खड़के गलासी तों। ਦੇਗਿਆਂ ਦੇ ਨਿੱਤ ਖੜਕੇ ਖੜਕੇ ਗਲਾਸੀ ਤੇਰੇ ਨਾਂ ਤੇ ਨੀ ਮੁੰਡਿਆਂ 'ਚ ਨਿੱਤ ਖੜਕੇ ਖੜਕੇ ਗਲਾਸੀ ਤੇਰੇ ਨਾਂ ਤੇ। ਐਕਸਪੈਰੀਮੈਂਟ ਬਹੁਤ ਹੋ ਰਿਹਾ ਗਾਇਕੀ ਵਿੱਚ, ਜੇ ਗੱਲ ਕਰੀਏ ਹਰ ਕਿਸਮ ਦੀ ਗਾਇਕੀ ਆ ਰਹੀ ਹੈ, ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਬਤੌਰ ਸਿੰਗਰ? ਐਕਸਪੈਰੀਮੈਂਟਲ ਮਿਊਜ਼ਿਕ ਹਰ ਦੌਰ 'ਚ ਹੁੰਦਾ ਰਿਹਾ, ਔਰ ਅਗਰ ਪੰਜਾਬੀ ਮਿਊਜ਼ਿਕ ਦੀ ਕੁਛ ਅੱਗੇ ਤਰੱਕੀ ਹੋ ਰਹੀ ਹੈ ਤਾਂ ਉਹਦੇ 'ਚ ਐਕਸਪੈਰੀਮੈਂਟਲ ਮਿਊਜ਼ਿਕ ਅਗਰ ਯੋਗਦਾਨ ਦੇ ਰਿਹਾ ਤਾਂ ਇਟਸ ਸ਼ੁਭ ਲੱਛਣ ਹੈ, ਇਹਦੀ ਵਧੀਆ ਗੱਲ ਹੈ, ਐਕਸਪੈਰੀਮੈਂਟ ਮਿਊਜ਼ਿਕ ਹੋਣਾ ਚਾਹੀਦਾ। ਅਤੇ ਜਿੱਦਾਂ ਰੈਪ ਹੋ ਰਿਹਾ, ਗਾਣੇ ਰੀਕ੍ਰੀਏਟ ਕੀਤੇ ਜਾ ਰਹੇ, ਲੱਗਦਾ ਜਿਹੜੇ ਓਲਡ ਸੌਂਗਸ ਨੇ, ਜਿਹੜੀ ਗੱਲਬਾਤ ਉਹਨਾਂ 'ਚ ਕੋਈ ਕਹਿੰਦੇ ਨੇ ਓਲਡ ਇਜ਼ ਗੋਲਡ, ਜਦੋਂ ਆਪਾਂ ਰੀਕ੍ਰੀਏਟ ਕਰਦੇ ਕਿਤੇ ਨਾ ਕਿਤੇ ਓਰੀਜਨੈਲਿਟੀ ਮਿਸਿੰਗ ਹੋ ਜਾਂਦੀ ਆ? ਨਹੀਂ ਨਹੀਂ ਇੱਦਾਂ ਦਾ ਨਹੀਂ ਹੈ, ਇਹ ਬੜੇ ਸਾਲਾਂ ਤੋਂ ਇਹ ਟ੍ਰੈਂਡ ਚੱਲ ਰਿਹਾ ਕਿ ਕੁਛ ਕੰਪੋਜੀਸ਼ਨ ਜਿਹੜੀਆਂ ਪੁਰਾਣੀਆਂ ਨੇ ਉਹਨਾਂ ਨੂੰ ਦੁਬਾਰਾ ਰੀਮੇਕ ਕਰਕੇ ਲਿਆਂਦਾ ਜਾਂਦਾ, ਔਰ ਲੋਕ ਪਸੰਦ ਵੀ ਕਰਦੇ ਨੇ ਕਿਉਂਕਿ ਲੋਕਾਂ ਨੂੰ ਮੈਲੋਡੀ ਯਾਦ ਹੈ, ਲੋਕਾਂ ਨੂੰ ਪੁਰਾਣੇ ਬੋਲ ਯਾਦ ਨੇ, ਔਰ ਉਸ ਨੂੰ ਨਵੇਂ ਤਰੀਕੇ ਨਾਲ ਅਗਰ ਰੀਕ੍ਰੀਏਟ ਕੀਤਾ ਜਾਂਦਾ ਤਾਂ ਉਹਦੇ 'ਚ ਬੁਰਾਈ ਨਹੀਂ ਹੈ। ਮੈਂ ਮੰਨਦਾ ਕਿ ਨਵਾਂ ਮਿਊਜ਼ਿਕ ਵੀ ਅੱਛਾ ਆ ਰਿਹਾ, ਪੁਰਾਣਾ ਵੀ ਰੀਮੇਕ ਹੋ ਕੇ ਅੱਛਾ ਆ ਰਿਹਾ। ਅਤੇ ਜੇਕਰ ਗੱਲ ਕਰੀਏ ਅਸ਼ੋਕ ਮਸਤੀ ਜੀ ਨੂੰ, ਕਿੱਦਾਂ ਦਾ ਸੰਗੀਤ ਪਸੰਦ ਹੈ ਰੀਅਲ ਲਾਈਫ ਵਿੱਚ? ਮੈਂ ਕਲਾਸੀਕਲ ਸੁਣਨਾ ਪਸੰਦ ਕਰਦਾ, ਜਗਜੀਤ ਭਾਈ ਨੂੰ ਸੁਣਨਾ ਪਸੰਦ ਕਰਦਾ, ਗੁਲਾਮ ਅਲੀ ਸਾਹਿਬ ਨੂੰ, ਜਿਹੜੇ ਅੱਛੇ ਲੋਕ, ਹਰੀਹਰਨ ਸਾਹਿਬ ਨੂੰ, ਇਹ ਸਾਰੇ ਫਨਕਾਰ ਮੇਰੇ ਫੇਵਰੇਟ ਨੇ, ਮੈਂ ਇਹਨਾਂ ਨੂੰ ਸੁਣਦਾ। ਚੈਲੰਜ ਕਦੇ ਫੀਲ ਕੀਤਾ ਗਾਇਕੀ ਵਿੱਚ? ਬਹੁਤ ਕੰਪੀਟੀਸ਼ਨ ਵੱਧ ਰਿਹਾ, ਖੁਦ ਦਾ ਨਾਲ, ਮਤਲਬ ਖੁਦ ਦਾ ਤੁਹਾਡਾ ਆਪਣਾ ਕੰਪੀਟੀਸ਼ਨ ਨਾਲ ਆ, ਕਿਸੇ ਨੂੰ ਕੰਪੀਟੀਟਰ ਵੀ ਮੰਨਦੇ ਹੋ? ਨਹੀਂ ਨਹੀਂ, ਕਿਸੇ ਆਰਟਿਸਟ ਦਾ ਕਿਸੇ ਨਾਲ ਕੰਪੀਟੀਸ਼ਨ ਹੁੰਦਾ ਨਹੀਂ ਵੈਸੇ, ਮੈਂ ਮੰਨਦਾ ਕਿ ਹਰ ਆਰਟਿਸਟ ਆਪਣਾ ਇੰਡੀਵਿਜੁਅਲ ਇੱਕ ਯੂਨੀਕ ਆਈਡੈਂਟੀ ਲੈ ਕੇ ਪੈਦਾ ਹੁੰਦਾ, ਔਰ ਉਹਦੀ ਆਈਡੈਂਟੀ ਨੂੰ ਹੀ ਲੋਕ ਪਸੰਦ ਕਰਦੇ ਨੇ, ਅਤੇ ਕੰਪੀਟੀਸ਼ਨ ਤਾਂ ਇੱਦਾਂ ਕਿ ਹਰ ਚੀਜ਼ ਦੇ ਵਿੱਚ ਤੁਹਾਨੂੰ ਆਪਣੇ ਆਪ ਨੂੰ ਮੇਨਟੇਨ ਤਾਂ ਕਰਨਾ ਹੀ ਪੈਂਦਾ, ਚਾਹੇ ਰਿਆਜ਼ ਹੋਵੇ, ਚਾਹੇ ਫਿਟਨੈਸ ਹੋਵੇ, ਚਾਹੇ ਤੁਹਾਡੀ ਪ੍ਰੈਜੈਂਸ ਹੋਵੇ, ਚਾਹੇ PR ਹੋਵੇ, ਇਹ ਚੈਲੰਜਸ ਥੋੜ੍ਹੇ ਜਿਹੇ ਵੱਧਦੇ ਜਾ ਰਹੇ ਨੇ, ਬਿਕੋਜ਼ ਹਰ ਦੁਨੀਆ ਦਾ ਹਰ ਪ੍ਰੋਫੈਸ਼ਨ ਹੀ ਫਾਸਟ ਹੋ ਰਿਹਾ, ਅਤੇ ਇਹ ਸਭ ਲਈ ਚੈਲੰਜਸ ਨੇ। ਜਿਹੜਾ ਲੋਕ ਗਾਇਕੀ, ਤੁਹਾਨੂੰ ਲੱਗਦਾ ਜਿਹੜੀ ਲੋਕ ਗਾਇਕੀ ਹੈ, ਲੋਕ ਉਹਨੂੰ ਭੁੱਲਦੇ ਜਾ ਰਹੇ? ਅੱਜ ਕੱਲ੍ਹ ਐਕਸਪੈਰੀਮੈਂਟ ਠੀਕ ਹੈ ਹੋ ਰਿਹਾ, ਪਰ ਜਿਹੜੀ ਉਹ ਕਲਚਰ ਹੁੰਦਾ ਪੰਜਾਬੀ ਸੱਭਿਅਤਾ, ਉਹ ਕਿਤੇ ਨਾ ਕਿਤੇ ਉਹਦੀ ਕਮੀ ਮਹਿਸੂਸ ਹੁੰਦੀ ਹੈ? ਨਹੀਂ, ਐਸੀ ਗੱਲ ਨਹੀਂ ਕਿ ਜਿਹੜਾ ਫੋਕ ਮਿਊਜ਼ਿਕ ਜਾਂ ਕਲਾਸਿਕ ਮਿਊਜ਼ਿਕ ਵਿੱਚ ਆਪਣੀ ਹਾਜ਼ਰੀ ਲਵਾਉਂਦਾ ਰਹਿੰਦਾ, ਬਟ ਇਹ ਕਿ ਬਦਲਾਵ ਦਾ ਦੌਰ ਹੈ ਹੁਣ, ਜਿਹੜੇ ਕਿਡਸ ਅੱਜ 15-16 ਸਾਲ ਦੇ ਨੇ ਜਾਂ ਜਿਹੜੇ 20-22 ਸਾਲ ਦੇ ਬੱਚੇ ਨੇ, ਯੰਗਸਟਰ ਨੇ, ਉਹਨਾਂ ਨੂੰ ਅਗਰ ਅਸੀਂ ਅੱਛਾ ਫੋਕ ਮਿਊਜ਼ਿਕ ਸੁਣਾਇਆ ਹੀ ਨਹੀਂ ਤਾਂ ਉਹ ਉਹਨਾਂ ਦੀ ਗਲਤੀ ਨਹੀਂ ਹੈ, ਉਹ ਸਾਡੀ ਗਲਤੀ ਹੈ ਕਿ ਅਸੀਂ ਉਹਨਾਂ ਨੂੰ ਆਪਣੇ ਕਲਚਰ ਨਾਲ, ਆਪਣੀਆਂ ਜੜ੍ਹਾਂ ਨਾਲ, ਆਪਣੇ ਮਿਊਜ਼ਿਕ ਨਾਲ ਜੋੜ ਕੇ ਨਹੀਂ ਰੱਖ ਪਾਏ, ਪਰ ਉਹਨਾਂ ਨੂੰ ਜੋ ਅੱਜ ਪਸੰਦ ਆਉਂਦਾ ਐਟਲੀਸਟ ਮਿਊਜ਼ਿਕ ਨਾਲ ਜੁੜੇ ਰਹਿਣ, ਇੰਨਾ ਹੀ ਕਾਫੀ ਹੈ, ਹੌਲੀ ਹੌਲੀ ਫਿਰ ਉਹ ਅੱਛੇ ਮਿਊਜ਼ਿਕ ਨਾਲ ਵੀ ਕੱਲ੍ਹ ਨੂੰ ਉਹਨਾਂ ਨੂੰ ਜਦੋਂ ਰੂਟਸ ਪਤਾ ਲੱਗਣਗੇ ਤਾਂ ਸ਼ਾਇਦ ਇਸ ਨੂੰ ਵੀ ਪਸੰਦ ਕਰਨਗੇ। ਅਨਿਲ ਸਿੰਘ ਵੀ ਤਾਂ ਗਾਇਆ ਸੀ ਖੜਕੇ ਗਲਾ ਸੀ, ਬਾਅਦ 'ਚ ਉਹੀ ਗਾਣਾ ਰੀਗ੍ਰੀਏਟ ਕੀਤਾ ਗਿਆ ਪਰਿੰਦੀ ਚੋਪੜਾ ਦੇ ਸਿਧਾਰਥ ਮਲਹੋਤਰਾ ਨਾਲ, ਕੀ ਅੰਤਰ ਦੇਖਦੇ ਹੋ? ਖੁੱਲ੍ਹ ਕੇ ਐਕਸਪੈਰੀਮੈਂਟ ਕਰਨ ਦਾ ਮੌਕਾ ਮਿਲਿਆ ਤੁਹਾਨੂੰ ਉਸ ਗਾਣੇ ਵਿੱਚ? ਬਿਲਕੁਲ ਮਿਲਿਆ, ਔਰ ਹਨੀ ਸਿੰਘ ਦਾ ਪਹਿਲਾ ਗਾਣਾ ਸੀ, ਹਨੀ ਸਿੰਘ ਨੂੰ ਇਸੇ ਗਾਣੇ ਤੋਂ ਆਈਡੈਂਟੀ ਮਿਲੀ, ਕੰਪੋਜੀਸ਼ਨ ਮੇਰਾ ਸੀ, ਲਿਖਿਆ ਚੰਨੀ ਰਖਾਲੇ ਦਾ ਸੀ, ਮਿਊਜ਼ਿਕ ਹਨੀ ਸਿੰਘ ਦਾ ਸੀ, ਉਹਦਾ ਰੈਪ ਸੀਗਾ, ਸੇਮ ਰੈਪ ਅਸੀਂ ਫਿਲਮ 'ਚ ਵੀ ਰੱਖਿਆ, ਬਾਕੀ ਸਾਰੇ ਬੋਲ ਨਵੇਂ ਪਾਏ, ਸੋ ਅੱਛਾ ਐਕਸਪੈਰੀਮੈਂਟ ਸੀ, ਜੋ ਮੈਂ ਚਾਹੁੰਦਾ ਸੀ ਉਹੀ ਮੈਂ ਗਾਇਆ, ਪੂਰੇ ਫਰੇਜ਼ ਮੇਰੇ ਗਾਏ ਹੋਏ ਸਨ, ਅਤੇ ਉਹਨਾਂ ਨੇ ਮੇਰੀ ਕੋਈ ਲਾਈਨ ਕੱਟੀ ਨਹੀਂ, ਅੱਛਾ ਰਿਹਾ ਐਕਸਪੀਰੀਅੰਸ। ਕਿੱਦਾਂ ਦੇ ਫਿਊਚਰ ਪਲਾਨਸ ਨੇ, ਕਿੱਧਰ ਤੁਸੀਂ ਗਾਣੇ ਆਪਣੇ ਫੈਨਸ ਅਤੇ ਆਡੀਅੰਸ ਲਈ ਲੈ ਕੇ ਆ ਰਹੇ ਹੋ?
ਅੱਖਾਂ ਦੇ ਦੁਨਾਲੀ ਗਾਣਾ ਮੇਰਾ ਲਾਸਟ ਰਿਲੀਜ਼ ਹੋਇਆ ਜਿਹਦਾ ਦਿਲ ਤੇ ਨਿਸ਼ਾਨਾ ਜਿਹਦਾ ਟਾਈਟਲ ਸੀ। ਪੰਜ ਚਾਰ ਦਿਨਾਂ 'ਚ ਮੇਰਾ ਇੱਕ ਹੋਰ ਗਾਣਾ ਵਸੂਲ ਇੱਕ ਰਿਲੀਜ਼ ਹੋ ਰਿਹਾ। ਬੜੇ ਸਾਰੇ ਗਾਣੇ ਬੈਕ ਟੂ ਬੈਕ ਆ ਰਹੇ ਨੇ, ਦੇਖਦੇ ਹੁਣ ਲੋਕਾਂ ਨੂੰ ਕਿੰਨਾ ਕੁ ਪਸੰਦ ਆਉਂਦਾ। ਚਲੋ ਹੁਣ ਜਾਂਦੇ ਜਾਂਦੇ ਪਰਫੈਕਟ ਜਿਹਾ ਗਾਣਾ ਆਪਣੀ ਪਸੰਦ ਦਾ ਜਿਹੜਾ ਗਾਣਾ ਤੁਸੀਂ ਸੁਣਾਉਂਦੇ ਜੋ। ਅੱਖਾਂ ਦੇ ਦੁਨਾਲੀ ਮਾਰੇ ਦਿਲ ਤੇ ਨਿਸ਼ਾਨਾ, ਗੱਭਰੂ ਜੱਟਾਂ ਦਾ ਪੁੱਟ ਕਰ ਤਾਂ ਦੀਵਾਨਾ, ਨੀ ਤੂੰ ਪੁੱਠਾ ਕਾਰਾ ਕਰਕੇ ਹੁਣ ਬਹਿ ਗਈ ਅੰਦਰ ਵੜ ਕੇ, ਪੱਟੇ ਆ ਗਏ ਆਨੀ ਐਮ ਗੌਣਾ ਵੀ ਦੀਵਾਨਾ, ਨੀ ਅੱਖਾਂ ਦੀ ਆਏ ਅੱਖਾਂ ਦੀ ਦੁਨਾਲੀ ਮਾਰੇ ਦਿਲ ਤੇ ਨਿਸ਼ਾਨਾ। ਧੰਨਵਾਦ ਸੁਣਨ ਨਾਲ ਗੱਲਬਾਤ ਕਰਨ, ਸ਼ੁਕਰੀਆ, ਥੈਂਕ ਯੂ। ਤਾਂ ਤੁਸੀਂ ਦੇਖਿਆ ਸੀ ਕਿ ਗਾਇਕ ਅਸ਼ੋਕ ਮਸਤੀ ਜਿਨ੍ਹਾਂ ਨੇ ਖਾਸ ਗੱਲਬਾਤ ਕੀਤੀ, ਕਿਹਾ ਕਿ ਸਿੰਗਿੰਗ ਵਿੱਚ ਐਕਸਪੈਰੀਮੈਂਟ ਹੋਣਾ ਚਾਹੀਦਾ, ਚੰਗੀ ਗੱਲ ਹੈ ਜੇਕਰ ਰੈਪ ਬਣ ਰਿਹਾ, ਯੂਥ ਨੂੰ ਪਸੰਦ ਵੀ ਕਰ ਰਹੇ, ਗਾਣੇ ਰੀਕ੍ਰੀਏਟ ਵੀ ਕੀਤੇ ਜਾ ਰਹੇ ਨੇ ਅਤੇ ਫਿਊਚਰ ਵਿੱਚ ਕਈ ਸਾਰੇ ਗਾਣੇ ਲੈ ਕੇ ਆ ਰਹੇ ਨੇ ਆਪਣੇ ਆਡੀਅੰਸ ਲਈ, ਫੈਨਸ ਲਈ। ਕੈਮਰਾਮੈਨ ਪ੍ਰਵੀਨ ਦੇ ਨਾਲ ਸਕਾਈ ਨਿਊਜ਼ ਪੰਜਾਬ ਲਈ ਜ਼ੀਰਕਪੁਰ ਤੋਂ ਵਿਨੂ ਸ਼ਰਮਾ।